ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਮੈਂ ਤੁਹਾਡਾ ਆਪਣਾ ਸ਼ਿਵਰਾਜ ਸਿੰਘ। ਸੋ ਉਮੀਦ ਕਰਦਾ ਵੀ ਤੁਸੀਂ ਸਾਰੇ ਘੈਂਟ ਹੋਵੋਗੇ, ਅਤੇ ਮੈਂ ਵੀ ਘੈਂਟ ਹਾਂ। ਅਤੇ ਅੱਜ ਮੈਂ ਆਇਆ ਸੀਗਾ ਸਾਈਕਲਾਂ ਦੇ ਸ਼ੋਪ 'ਤੇ। ਸੋ ਇਹ ਸਾਈਕਲ ਦੀ ਸ਼ੋਪ ਮੋਹਾਲੀ ਸੁਹਾਣੇ 'ਚ ਹੈਗੀ ਆ। ਸੋ ਇੱਥੇ ਹਰ ਪ੍ਰਕਾਰ ਦਾ ਸਾਈਕਲ ਮਿਲ ਜਾਂਦਾ ਵਾ, ਵੱਡਾ ਹੋਵੇ, ਛੋਟਾ ਹੋਵੇ, ਰੇਂਜਰ ਹੋਵੇ, ਸਿੰਪਲ ਹੋਵੇ, ਮੋਟੇ ਟਾਇਰਾਂ ਵਾਲਾ ਜਿਹੜਾ ਅੱਜ ਕੱਲ੍ਹ ਨਿਊ ਟ੍ਰੈਂਡ ਚੱਲਿਆ ਵਾ। ਸੋ ਅੱਜ ਤੁਹਾਨੂੰ ਸਾਰੀਆਂ ਸਾਈਕਲਾਂ ਵਿਖਾਵਾਂਗੇ, ਅਤੇ ਜਿਹੜੇ ਸ਼ੋਪ ਦੇ ਓਨਰ ਹੈਗੇ ਆ ਉਹਨਾਂ ਨਾਲ ਵੀ ਮਿਲਾਵਾਂਗੇ। ਸੋ ਆ ਜਾਓ ਚੱਲੀਏ। ਵੇਖੋ ਗਾਈਸ, ਆਹ ਜਿਹੜਾ ਹੈਗਾ ਵਾ ਸ਼ੋਪ ਦਾ ਬੋਰਡ ਆ। ਸੋ ਕੋਂਟੈਕਟ ਨੰਬਰ ਇੱਥੇ ਵੀ ਦਿੱਤਾ ਵਾ, ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਨਾਂ ਦਾ ਐਡਰੈਸ ਵੀ ਦਿੱਤਾ ਵਾ, ਕੋਂਟੈਕਟ ਨੰਬਰ ਵੀ ਦਿੱਤਾ ਵਾ। ਸੋ ਆਹ ਸ਼ੋਪ ਹੈਗੀ ਆ ਗਾਈਸ, ਆਹ ਵੇਖੋ ਹਰ ਤਰ੍ਹਾਂ ਦੇ ਸਾਈਕਲ ਹੈਗੇ ਆ ਇੱਥੇ। ਅਤੇ ਆਹ ਸ਼ੋਪ ਦੇ ਓਨਰ ਹੈਗੇ ਆ ਭਾਅ ਜੀ ਹਣੀ। ਭਾਅ ਜੀ ਕੀ ਹਾਲ ਜੀ? ਠੀਕ ਠਾਕ। ਸੋ ਇਹ ਸ਼ੋਪ ਦੇ ਓਨਰ ਆ, ਕੀ ਨਾਂ ਆ ਭਾਅ ਜੀ ਆਪਣਾ? ਚੰਦਰਦੀਪ ਇਹਨਾਂ ਦਾ ਨਾਮ ਆ, ਸ਼ੋਪ ਦੇ ਓਨਰ ਨੇ। ਸੋ ਆਹ ਵੇਖੋ, ਇਹਨਾਂ ਕੋਲ ਹਰ ਤਰ੍ਹਾਂ ਦੀ ਸਾਈਕਲ ਮਿਲ ਜਾਂਦੀ ਆ, ਵੱਡੇ ਤੋਂ ਛੋਟੀ, ਅਤੇ ਰੇਂਜਰ ਵੀ ਮਿਲ ਜੂਗੀ ਹਰ ਪ੍ਰਕਾਰ ਦੀ। ਸੋ ਭਾਅ ਜੀ ਆਪਣੇ ਕੋਲ ਕਿਹੜੀਆਂ ਕਿਹੜੀਆਂ ਸਾਈਕਲਾਂ ਨੇ ਜੀ? ਸਾਰੇ ਬ੍ਰਾਂਡ ਰੱਖੇ ਜੀ, ਹੀਰੋ, A1, ਹਰਪਲਿਸ ਹੈ, ਰੈਲੇ ਹੈ, ਹੋਰ ਇੰਪੋਰਟਡ ਸਾਈਕਲਾਂ ਵੀ ਹੈਗੀਆਂ, ਫੈਟ ਬਾਈਕ, ਬੱਚਿਆਂ ਦੇ ਸਾਰਾ ਸੈਕਸ਼ਨ, ਬੇਬੀ, ਕਿਡਸ, ਵਾਕਰ, ਪ੍ਰੈਮ, ਫਰਾਈ ਸਾਈਕਲਾਂ, ਹਰ ਤਰ੍ਹਾਂ ਦੀ ਵਰਾਇਟੀ ਹੈ, ਨਾਲ 2-wheeler, 3-wheeler ਦੇ ਟਾਇਰ ਉੱਪਰ। ਸੋ ਇਹਨਾਂ ਕੋਲ ਸਾਰੀਆਂ ਸਾਈਕਲਾਂ ਹੈਗੀਆਂ, ਅਤੇ ਕੁਝ ਕੁ ਸਾਈਕਲ ਅਸੀਂ ਤੁਹਾਨੂੰ ਵਿਖਾਵਾਂਗੇ ਵੀ, ਅਤੇ ਉਹਨਾਂ ਦੇ ਪ੍ਰਾਈਜ਼ ਵੀ ਦੱਸਾਂਗੇ। ਅਤੇ ਹਾਂਜੀ ਦੋਸਤੋ, ਆਹ ਵੇਖੋ ਸਾਈਕਲਾਂ ਦੀਆਂ ਕਲੈਕਸ਼ਨਾਂ ਇਹਨਾਂ ਕੋਲ ਲੱਗੀਆਂ ਹੋਈਆਂ ਨੇ। ਆ ਪਹਿਲਾਂ ਤਾਂ ਇੱਕ ਵਾਰੀ ਤੁਸੀਂ ਸਾਰੀਆਂ ਸਾਈਕਲਾਂ ਵੇਖ ਲਓ, ਆਹ ਛੋਟੇ ਬੱਚਿਆਂ ਦੀਆਂ ਹੈਗੀਆਂ ਨੇ। ਸੋ ਇਹ ਲੱਗੀਆਂ ਨੇ ਰੇਂਜਰ ਸਾਈਕਲਾਂ, ਆ ਮੋਟੇ ਟਾਇਰਾਂ ਵਾਲੀਆਂ ਵੀ ਹੈਗੀਆਂ ਨੇ ਇਹਨਾਂ ਕੋਲ, ਸਾਰੀਆਂ ਸਾਈਕਲਾਂ ਹੈਗੀਆਂ ਨੇ। ਆਹ ਟਾਇਰ ਵੀ ਪਏ ਆ ਇਹਨਾਂ ਕੋਲ, ਜੇ ਕਿਸੇ ਨੇ ਮੋਟਰਸਾਈਕਲ ਦਾ ਟਾਇਰ ਲੈਣਾ ਹੋਵੇ, ਅਤੇ ਇੱਧਰ ਵੀ ਸਾਈਕਲਾਂ ਦੀਆਂ ਕਲੈਕਸ਼ਨਾਂ ਨੇ। ਸੋ ਹੁਣ ਆਪਾਂ ਸਟਾਰਟ ਕਰਾਂਗੇ, ਤੁਹਾਨੂੰ ਸਾਰੀ ਮੇਨ ਇੱਕ ਇੱਕ ਸਾਈਕਲ ਦਿਖਾ ਦਾਂਗੇ, ਨਾਲ ਉਹਨਾਂ ਦਾ ਪ੍ਰਾਈਜ਼ ਦੱਸ ਦਾਂਗੇ। ਸੋ ਹਾਂਜੀ ਗਾਈਸ, ਸੋ ਇਹ ਹੈਗੇ ਆ ਸ਼ੋਪ ਦੇ ਓਨਰ, ਅਤੇ ਇਹ ਤੁਹਾਨੂੰ ਨਾ ਹੁਣ ਸਾਈਕਲਾਂ ਦੇ ਪ੍ਰਾਈਜ਼ ਦੱਸਣਗੇ। ਸੋ ਪਹਿਲਾ ਸਾਈਕਲ ਆਇਆ ਜਿਹਦੇ ਬਾਰੇ ਤੁਹਾਨੂੰ ਪ੍ਰਾਈਜ਼ ਦੱਸਣਗੇ, ਸੋ ਇਹਦੇ ਸਾਈਕਲ ਦੇ ਬਾਰੇ ਵੀ ਦੱਸਣਗੇ। ਹਾਂਜੀ ਭਾਅ ਜੀ, A1 ਕੰਪਨੀ ਦਾ ਸਾਈਕਲ ਹੈ ਜੀ, ਹਾਂਜੀ, ਹਾਂਜੀ ਅੱਛਾ, ਸ਼ੋਕਰ ਹੈ, ਅੱਗੇ ਪਿੱਛੇ ਦੋਨੋਂ ਡਿਸਪਲੇ ਸਕੀਆਂ। ਹਾਂਜੀ ਹਾਂਜੀ, ਕੀ ਪ੍ਰਾਈਜ਼ ਹੈ ਜੀ ਇਹਦਾ? ਜੀ 11,000 ਰੁਪਏ। ਇਸ ਸਾਈਕਲ ਦਾ 11,000 ਰੁਪਏ ਪ੍ਰਾਈਜ਼ ਆ, ਅਤੇ ਇਹ ਗੇਅਰਾਂ ਵਾਲਾ ਸਾਈਕਲ ਆ, ਅਤੇ ਟਾਇਰ ਵੀ ਇਹਦੇ ਮੋਟੇ ਹੀ ਹੈਗੇ, ਮੋਟੇ ਆ ਨਾ ਭਾਅ ਜੀ, ਡਿਸਕ ਬ੍ਰੇਕ ਹੈਗੀਆਂ ਦੋਨੇ ਪਾਸੇ। ਸੋ 11,000 ਰੁਪਏ ਇਹਦਾ ਪ੍ਰਾਈਜ਼ ਆ ਭਾਅ ਜੀ ਦੀ। ਸਾਰਾ ਕੰਪਲੀਟ ਕਰਕੇ, ਯਾਨੀ ਕਿ ਜੇ ਤੁਸੀਂ ਕਿਤੇ ਦੂਰ ਜਾਂਦੇ ਹੋ, ਪਾਣੀ ਦੀ ਬੋਟਲ ਵੀ ਇਹ 'ਚ ਰੱਖ ਸਕਦੇ ਹੋ, ਸਾਰਾ ਕੁਛ ਵਿੱਚ ਪਾ ਕੇ। ਸੋ ਅਗਲੀ ਸਾਈਕਲ ਭਾਅ ਜੀ, ਛੋਟਾ ਵੀ ਮਿਲ ਜੂਗਾ ਬੱਚਿਆਂ ਲਈ। ਸੋ 12,000 ਦੀ ਰੇਂਜ ਆ, ਸਭ ਕੁਛ ਡਿਸਕ ਬ੍ਰੇਕ ਵਗੈਰਾ ਸਾਰਾ ਕੁਛ ਸੇਮ ਹੀ ਹੋਊਗਾ। ਸੋ ਅਗਲਾ ਸਾਈਕਲ ਭਾਅ ਜੀ, ਫੈਟ ਬਾਈਕ ਸਾਈਕਲ ਹੈ, ਮੋਟੇ ਟਾਇਰ ਹੈ, 4-inch ਟਾਇਰ ਹੁੰਦੇ ਆ। ਹਾਂਜੀ ਹਾਂਜੀ, ਇੰਪੋਰਟਡ, ਇਹਦੇ 'ਚ ਸਾਰੀ ਫਿਟਿੰਗ ਹੈਗੀ ਆ। ਅੱਛਾ, ਸ਼ੋਕਰ ਹੈ, ਡੁਅਲ ਡਿਸਕ ਹੈ, 21-speed ਗੇਅਰ ਹੈ ਸ਼ਿਮਾਨੋ ਦੇ। ਅੱਛਾ ਜੀ, ਇਹ 14,000 ਰੁਪਏ ਦੀ ਰੇਂਜ ਦੇ ਵਿੱਚ। 14,000 ਰੁਪਏ ਪ੍ਰਾਈਜ਼ ਹੈ ਗਾਈਸ ਇਹਦਾ। ਸੋ ਅੱਗੇ ਭਾਅ ਜੀ, ਅਗਰ ਤੁਸੀਂ ਵਿਦਆਊਟ ਗੇਅਰ ਲੈਣਾ ਚਾਹੁੰਦੇ ਹੋ ਤਾਂ ਵਿਦਆਊਟ ਗੇਅਰ ਤੁਹਾਨੂੰ ਮਿਲ ਜਾਏਗੀ ਸਾਈਕਲਾਂ ਜੀ, ਆਪਣੇ ਕੋਲ 6,000-7,000 ਰੁਪਏ ਵਾਲੀ ਸਾਈਕਲ ਹੈ। ਅੱਛਾ ਜੀ, ਇਹਦਾ ਸ਼ੋਕਰ ਹੈ, ਅੱਗੇ ਪਿੱਛੇ ਡਿਸਪਲੇਕ ਨੇ ਇਹਦੇ 'ਚ ਵੀ। ਅੱਛਾ ਜੀ, ਅਲੋਏ ਵੀ ਲੱਗੇ ਨੇ। ਠੀਕ ਹੈ, 10,000 ਦੀ ਰੇਂਜ ਦੇ ਵਿੱਚ ਹੈ, ਵਿਦਆਊਟ ਗੇਅਰ ਹੈ, ਬਾਕੀ ਸਾਰਾ ਕੁਛ ਤੁਹਾਨੂੰ ਡਿਸਕ ਬ੍ਰੇਕਾਂ ਮਿਲਣਗੀਆਂ ਦੋਨੇ ਪਾਸੇ, ਅਲੋਏ ਵੇਲੇ। ਅਤੇ ਆਹ ਵੇਖੋ ਗਾਈਸ, ਆਹ ਸਾਈਕਲ ਹੈਗਾ, ਇਹਦਾ ਪ੍ਰਾਈਜ਼ ਭਾਅ ਜੀ ਕਿੰਨਾ ਦੱਸਿਆ? 10,000 ਰੁਪਏ ਪ੍ਰਾਈਜ਼ ਹੈ ਇਹਦਾ। ਭਾਅ ਜੀ ਥੋੜ੍ਹਾ ਜਿਹਾ ਉੱਚਾ ਬੋਲਿਓ, ਕਿਉਂਕਿ ਨਾ ਕੈਮਰਾ ਵਧੀਆ ਕੈਪਚਰ ਕਰੂਗਾ ਆਵਾਜ਼। ਸੋ ਨੈਕਸਟ ਨੈਕਸਟ ਆ ਗਿਆ ਜੀ ਨੋਰਮਲ, ਜਿਹੜਾ
ਇਹ ਗਾਈਸ ਨੋਰਮਲ ਸਾਈਕਲ ਹੈ ਵਿਦਆਊਟ ਡਿਸਕ ਬ੍ਰੇਕ ਅੱਛਾ ਜੀ ਇਹ ਗਾਈਸ ਵਿਦਆਊਟ ਡਿਸਕ ਬ੍ਰੇਕ ਆ ਵਾਈਟ ਕਲਰ ਦੀ ਸਾਈਕਲ ਹੈ ਸਾਰੀ ਠੀਕ ਹੈ ਹਾਂਜੀ ਡਬਲ ਵਾਲ ਰਿਮ ਹੈ ਤੇ ਅਲਮੋਨੀਅਮ ਦੇ ਲਾਈਟਸ ਜੇ ਤੁਹਾਡਾ ਬਜਟ ਘੱਟ ਆ ਤਾਂ ਇਹ ਵੀ ਲੈ ਸਕਦੇ ਹੋ ਤੁਸੀਂ ਹੋਰ ਕੋਈ ਕਲੈਕਸ਼ਨ ਭਾਅ ਜੀ ਖਾਸ ਅਗਰ ਪ੍ਰੋਪਰ ਜਾਓਗੇ ਫਿਰ ਸ਼ੌਕਰ ਆ ਗਿਆ ਡਬਲ ਡਿਸਕ ਆ ਗਿਆ ਵਿਦਆਊਟ ਗੇਅਰ ਦੇ ਵਿੱਚ ਹਾਂਜੀ ਹਾਂਜੀ 7500 ਰੁਪਏ ਦਾ ਜੀ ਇਹ 7500 ਦੀ ਹੈ ਡਬਲ ਡਿਸਕ ਬ੍ਰੇਕ ਅੱਗੇ ਭਾਅ ਜੀ ਸ਼ੋਕਰ ਹੈਗਾ ਸਾਡੇ 27 ਇੰਚੀ ਦੇ ਟਾਇਰ ਹੈਗੇ ਨੇ ਸਾਡੇ 27 ਇੰਚੀ ਦੇ ਟਾਇਰ ਹੈਗੇ ਆ ਅਤੇ ਇਹਦਾ ਪ੍ਰਾਈਜ਼ ਦੱਸਿਆ ਭਾਅ ਜੀ ਨੇ ਕਿੰਨਾ 700 ਰੁਪਏ 26 ਇੰਚੀ ਦਾ ਜੀ 8500 ਰੁਪਏ 27 ਇੰਚੀ ਦਾ ਹਾਂਜੀ ਗਾਈਸ ਸੋ ਅੱਗੇ ਭਾਅ ਜੀ ਹੋਰ ਕੋਈ ਨੋਰਮਲ ਸਾਈਕਲ ਗਾਈਜ਼ ਆਹ ਵੇਖ ਲਓ ਤੁਸੀਂ ਸਾਰੀਆਂ ਇਹਨਾਂ ਕੋਲ ਅਵੇਲੇਬਲ ਨੇ ਹਰ ਪਲੇਸ ਦਾ ਸਟ੍ਰੇਟ ਕੱਟ ਸਾਈਕਲ ਹੈ ਅੱਛਾ ਜੀ 6500 ਰੁਪਏ ਦਾ ਜੀ ਇਹਦੇ ਵੀ ਮੋਟੇ ਟਾਇਰ ਹੁੰਦੇ ਨੇ ਅੱਛਾ ਜੀ ਅਤੇ ਇਹਦੇ ਵਿੱਚ ਡਿਸਕ ਬ੍ਰੇਕ ਨਹੀਂ ਨੋਰਮਲ ਬ੍ਰੇਕਸ ਹੈਗੀਆਂ ਇਹ 'ਚ ਅਤੇ ਤੁਹਾਨੂੰ ਮਿਲ ਜੂਗਾ 6500 ਦਾ ਸੋ ਇੱਥੇ ਗਾਈਸ ਆ ਬੱਚਿਆਂ ਦੀ ਵੀ ਲੱਗੀਆਂ ਹੋਈਆਂ ਨੇ ਇੱਕ ਵਾਰੀ ਬੱਚਿਆਂ ਦੀ ਸਾਈਕਲ ਦਾ ਮੋਟਾ ਮੋਟਾ ਪ੍ਰਾਈਜ਼ ਦੱਸ ਦਿਓ ਏਵਨ ਕੰਪਨੀ ਦੇ ਵਿੱਚ ਹੈਗੀ ਆ ਹਾਂਜੀ ਹਾਂਜੀ ਸਾਈਕਲ 4000 ਰੁਪਏ ਦੀ ਆ ਅੱਛਾ ਜੀ ਇਹਦੇ 'ਚ ਵੀ ਮੋਟੇ ਟਾਇਰ ਹੈਗੇ ਨੇ ਹਾਂਜੀ ਹਾਂਜੀ 2.40 ਦਾ ਸਾਈਜ਼ ਹੁੰਦਾ ਅੱਛਾ ਬਾਕੀ ਇਹਦੇ 'ਚ ਨੋਰਮਲ ਰੇਂਜ ਲੋਗੇ ਸਟਾਰਟਿੰਗ ਸਾਡੇ ਕੋਲ 2500 3000 ਹਾਂਜੀ ਸੋ ਸਾਰੀ ਰੇਂਜ ਠੀਕ ਹੈ ਜੀ ਅਤੇ ਜਿਹੜੇ ਉੱਥੋਂ ਵੀ ਛੋਟੇ ਬੱਚੇ ਹੈਗੇ ਆ ਜਮੇ ਛੋਟੇ ਉਹਦੇ ਲਈ ਵੀ ਹੈਗੀਆਂ ਉੱਥੇ ਵੇਖ ਸਕਦੇ ਹੋ ਤੁਸੀਂ ਪਲਾਸਟਿਕ ਦੀਆਂ ਲੱਗੀਆਂ ਹੋਈਆਂ ਨੇ ਅਤੇ ਭਾਅ ਜੀ ਇਹਨਾਂ ਦਾ ਮੋਟਾ ਮੋਟਾ ਕਿੰਨੇ ਤੋਂ ਕੀ ਪ੍ਰਾਈਜ਼ ਇਹਨਾਂ ਦਾ ਸਭ ਤੋਂ ਛੋਟਿਆਂ ਦਾ ਪ੍ਰਾਈਜ਼ ਸਾਡੇ 6600 ਤੋਂ ਸ਼ੁਰੂ ਹੋ ਕੇ 2000 ਤੱਕ ਦੀ ਰੇਂਜ ਆਉਂਦੀ 6600 ਤੋਂ ਸ਼ੁਰੂ ਹੋ ਜਾਂਦੇ ਆ ਜਿਹੜੇ ਜ਼ਿਆਦਾ ਛੋਟੇ ਬੱਚੇ ਆ ਉਹਨਾਂ ਲਈ ਆਹ ਲੱਗੇ ਹੋਏ ਆ ਉੱਤੇ ਆਹ ਵੇਖੋ ਅਤੇ ਅੱਗੇ ਅੱਗੇ ਵੱਧਦਾ ਜਾਂਦਾ ਪ੍ਰਾਈਜ਼ ਇਹਨਾਂ ਦਾ ਅਤੇ ਉਹ ਤੋਂ ਜਿਹੜੇ ਵੱਡੇ ਹੈਗੇ ਆ ਉਹਨਾਂ ਲਈ ਆਹ ਲਾਈਨ ਹੈਗੀ ਆ ਇਹ 3000 ਤੋਂ 3500 ਤੋਂ ਸਟਾਰਟਿੰਗ ਹੈਗੀ ਆ ਬਾਕੀ ਭਾਅ ਜੀ ਜਿਹੜੇ ਰੇਂਜਰ ਸਾਈਕਲ ਹੈਗੇ ਆ ਉਹ ਘੱਟੋ ਘੱਟ ਕਿੰਨੇ ਪ੍ਰਾਈਜ਼ ਤੋਂ ਸ਼ੁਰੂ ਹੁੰਦੇ ਆ ਗਾਈਸ ਜੇ ਕੋਈ ਰੇਂਜਰ ਸਾਈਕਲ ਵਧੀਆ ਲੈਣਾ ਚਾਹੁੰਦਾ ਵਾ ਵਿਦਆਊਟ ਡਿਸਕ ਬ੍ਰੇਕ ਅਤੇ 4500 ਤੋਂ ਇਹਨਾਂ ਕੋਲ ਸਟਾਰਟਿੰਗ ਹੈਗੀ ਆ ਵਧੀਆ ਸਾਈਕਲ ਰੇਂਜਰ ਜਿਹੜੇ ਹੁਣ ਨਿਊ ਟ੍ਰੈਂਡ ਜਿਹੜਾ ਚੱਲਿਆ ਵਾ ਪਿੱਛੇ ਉਹਨਾਂ ਦਾ ਕੈਰੀਅਰ ਨਹੀਂ ਹੁੰਦਾ ਅਤੇ ਉਹ 4500 ਤੋਂ ਇਹਨਾਂ ਕੋਲ ਸਟਾਰਟ ਨੇ ਅਤੇ ਭਾਅ ਜੀ ਜਿਹੜੇ ਸਿੰਪਲ ਸਾਈਕਲ ਨੇ ਜਿਹੜੇ ਨੋਰਮਲ ਵੱਡੇ ਉਹ ਕਿੰਨੇ ਦਾ ਹੈ ਭਾਅ ਜੀ ਆਪਣੇ ਉਹ ਵੀ 4500 ਦਾ ਆ ਯਾਨੀ ਕਿ ਤੁਹਾਨੂੰ ਇੱਥੋਂ ਏ ਟੂ ਜੈੱਡ ਹਰ ਤਰ੍ਹਾਂ ਦਾ ਸਾਈਕਲ ਮਿਲ ਜੂਗਾ ਅਤੇ ਰੇਟ ਜਿਹੜਾ ਹੈਗਾ ਭਾਅ ਜੀ ਦਾ ਸਭ ਤੋਂ ਵਧੀਆ ਰੇਟ ਹੈ ਭਾਅ ਜੀ ਮਤਲਬ ਸਾਰਿਆਂ ਨਾਲੋਂ ਤੁਹਾਨੂੰ ਵਧੀਆ ਰੇਟ ਤੋਂ ਤੁਸੀਂ ਹੋਰ ਕਿਤੇ ਪਤਾ ਕਰੋਗੇ ਉੱਥੋਂ ਤੁਹਾਨੂੰ ਇਹ ਤੋਂ ਵੱਧ ਹੀ ਦੱਸਣਗੇ ਕਿਉਂਕਿ ਪਰਸਨਲੀ ਮੈਂ ਵੀ ਨਾ ਇੱਕ ਸਾਈਕਲ ਆਪਾਂ ਇਹਨਾਂ ਤੋਂ ਲੈ ਕੇ ਗਏ ਸੀ 4500 ਦਾ ਅਤੇ ਉਹਦਾ ਹੀ ਉੱਧਰ ਰੇਟ ਪੁੱਛਿਆ ਉਹ ਕਹਿੰਦੇ 48 ਪਤਾ ਨਹੀਂ 4900 ਦਾ ਦੱਸਣ ਦੇ ਸੀ ਮੈਂ ਇਹ ਤਾਂ ਬੜਾ ਜ਼ਿਆਦਾ ਦੱਸਣ ਦੇ ਉਹਦੀ ਮਨ ਮਨ 'ਚ ਸੋਚਿਆ ਹੈ 4500 ਦਾ ਵੀ ਸੋ ਇਹ ਸ਼ੋਪ ਹੈਗੀ ਆ ਭਾਅ ਜੀ ਦੀ ਬਾਕੀ ਤੁਹਾਨੂੰ ਇਹਨਾਂ ਦਾ ਜਿਹੜਾ ਐਡਰੈਸ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਸ਼ੋਪ ਦਾ ਅਤੇ ਕੰਟੈਕਟ ਨੰਬਰ ਵੀ ਸਭ ਕੁਝ ਮਿਲ ਜੂਗਾ ਹਰ ਤਰ੍ਹਾਂ ਦੀ ਸਾਈਕਲ ਇੱਥੇ ਅਵੇਲੇਬਲ ਹੈਗੀ ਆ ਆਹ ਵੇਖੋ ਆਹ ਜਵਾਕਾਂ ਦੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਸੋ ਆ ਬਾਹਰ ਵੀ ਲੱਗੀਆਂ ਨੇ ਗਾਈ ਸਾਹਿਬ ਤੁਸੀਂ ਹਾਂਜੀ ਇਹ ਵੀ ਦੱਸ ਦਿਓ ਮਾੜਾ ਜਿਹਾ ਦੱਸ ਦਿਓ ਜੀ ਉੱਚੀ ਆਵਾਜ਼ 'ਚ ਦੱਸ ਬਾਕੀ ਹੋਰ ਵੀ ਇਹਨਾਂ ਕੋਲ ਬੜੀਆਂ ਸਾਈਕਲਾਂ ਲੱਗੀਆਂ ਨੇ
ਜਦੋਂ ਵੀ ਕੋਈ ਸਾਈਕਲਾਂ ਦਾ ਨਵਾਂ ਟਰੈਂਡ ਚੱਲਦਾ ਵਾ ਇਹਨਾਂ ਕੋਲ ਪਹਿਲਾਂ ਆ ਜਾਂਦੇ ਆ ਸਾਈਕਲ ਉਹ, ਤਾਂ ਇੱਥੋਂ ਤੁਹਾਨੂੰ ਹਰ ਤਰ੍ਹਾਂ ਦਾ ਸਾਈਕਲ ਮਿਲ ਜੂਗਾ, ਮਹਿੰਗਾ ਵੀ ਸਸਤਾ ਵੀ, ਛੋਟਿਆਂ ਲਈ ਅਤੇ ਵੱਡਿਆਂ ਲਈ, ਆਹ ਸ਼ੋਪ ਹੈਗੀ ਆ ਇਹਨਾਂ ਦੀ। ਸੋ ਆਪਾਂ ਵੀ ਇੱਕ ਸਾਈਕਲ ਇੱਥੋਂ ਹੁਣੇ ਹੁਣੇ ਲਿਆ ਵਾ, ਉਹ ਵੀ ਦਿਖਾ ਦਿੰਦੇ ਹਾਂ ਗਾਈਸ ਤੁਹਾਨੂੰ। ਆਹ ਵੇਖੋ ਸਾਡੇ ਭਾਅ ਜੀ ਨੇ ਲਿਆ ਵਾ ਸਾਈਕਲ, ਇਹ ਸਾਈਕਲ ਆ ਆਹ ਵਾਲਾ, ਇਹ ਲਿਆ ਵਾ 5000 ਦਾ, 5000 ਦਾ। ਪਾਪਾ ਜੀ ਠੀਕ ਹੈ ਸਾਈਕਲ ਘੈਂਟ ਹੈ? ਹਾਂਜੀ ਹਾਂਜੀ ਬਹੁਤ ਵਧੀਆ, ਬਹੁਤ ਵਧੀਆ ਸਾਈਕਲ ਹੈ। ਥੈਂਕਸ ਫੋਰ ਵਾਚਿੰਗ, ਡੋਂਟ ਫੋਰਗੇਟ ਲਾਈਕ, ਸ਼ੇਅਰ, ਕਮੈਂਟ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ।